ਪ੍ਰਿਥਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੀ ਮੁੱਖ ਖਬਰ, ਮਾਲਵਾ ਖੇਤਰ ਦੇ ਮਸ਼ਹੂਰ ਉਦਯੋਗਪਤੀ ਮਿੱਤਲ ਪਰਿਵਾਰ ਵੱਲੋਂ ਧਾਰਮਿਕ ਸਥਾਨ ਸ਼੍ਰੀ ਸਾਲਾਸਰ ਧਾਮ ਰਾਜਸਥਾਨ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਮਿੱਤਲ ਧਰਮਸ਼ਾਲਾ ਦਾ ਨਿਰਮਾਣ ਕਰਵਾਇਆ ਹੈ, ਜਿਸ ਦਾ ਉਦਘਾਟਨ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਗਿਆ। ਲਕਸ਼ਮਣਗੜ੍ਹ ਮਾਰਗ 'ਤੇ ਸਥਿਤ ਇਸ ਮਿੱਤਲ ਧਰਮਸ਼ਾਲਾ ਦਾ ਰਸਮੀ ਉਦਘਾਟਨ ਮਿੱਤਲ ਗਰੁੱਪ ਦੇ MD ਰਾਜਿੰਦਰ ਮਿੱਤਲ ਦੇ ਮਾਤਾ ਵੇਦ ਕੁਮਾਰੀ ਮਿੱਤਲ ਵੱਲੋਂ ਕੀਤਾ ਗਿਆ। ਸਾਲਾਸਰ ਦੀ ਪਵਿੱਤਰ ਧਰਤੀ 'ਤੇ ਹੋਏ ਇਸ ਧਰਮਸ਼ਾਲਾ ਦੇ ਉਦਘਾਟਨ ਸਮਾਰੋਹ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਨੇਤਾ ਸਰੂਪਚੰਦ ਸਿੰਗਲਾ ਵੀ ਸ਼ਾਮਲ ਹੋਏ। ਇਸ ਮੌਕੇ ਸ਼ਹਿਰ ਦੀਆਂ ਵੱਖ ਵੱਖ ਸਮਾਜਿਕ, ਧਾਰਮਿਕ, ਵਪਾਰਕ ਜਥੇਬੰਦੀਆਂ ਨਾਲ ਜੁੜੇ ਆਗੂ ਅਤੇ ਹੋਰ ਮਹੱਤਵਰ ਲੋਕ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਏ। ਇਸ ਸਮਾਗਮ ਦੌਰਾਨ ਮਸ਼ਹੂਰ ਭਜਨ ਗਾਇਕ ਜੋੜੀ ਸੁਨੀਲ ਧਿਆਨੀ ਅਤੇ ਮਨਜੀਤ ਧਿਆਨੀ ਨੇ ਖੂਬ ਰੰਗ ਬੰਨਿਆ, ਜਦੋਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਬਠਿੰਡਾ ਦੇ ਮਹਾਵੀਰ ਸੰਕੀਰਤਨ ਮੰਡਲ ਵੱਲੋਂ ਭਜਨ ਗਾਇਨ ਕਰਕੇ ਕੀਤੀ ਗਈ। ਉਦਯੋਗਪਤੀ ਰਜਿੰਦਰ ਮਿੱਤਲ ਨੇ ਦੱਸਿਆ ਕਿ ਇਸ ਧਰਮਸ਼ਾਲਾ ਨੂੰ ਬਣਾਉਣਾ ਮਿੱਤਲ ਪਰਿਵਾਰ ਦਾ ਇੱਕ ਸੁਪਨਾ ਸੀ, ਤਾਂ ਜੋ ਬਠਿੰਡਾ ਅਤੇ ਨਾਲ ਦੇ ਇਲਾਕਿਆਂ ਤੋਂ ਆਏ ਲੋਕਾਂ ਨੂੰ ਠਹਿਰਨ ਲਈ ਇੱਕ ਚੰਗੀ ਸਹੂਲਤ ਮਿਲ ਸਕੇ। ਆਓ ਦੇਖਦੇ ਹਾਂ ਇਸ 'ਤੇ ਇੱਕ ਵਿਸ਼ੇਸ਼ ਰਿਪੋਰਟ। ਜਿਸ ਤਰ੍ਹਾਂ ਕਿ ਇਹ ਖੂਬਸੂਰਤ ਧਰਮਸ਼ਾਲਾ ਬੜੀ ਦਿਲਕਸ਼ ਹੈ ਔਰ ਮੈਂ ਬੋਲ ਰਹਾ ਥਾ ਬੇਟੇ ਕੋ ਕਿ ਇਟਸ ਐਕਚੁਅਲੀ ਅ ਲੇਬਰ ਆਫ ਲਵ, ਤੋ ਮੇਰਾ ਰਸਮੀ ਤੌਰ ਸੇ ਨਹੀਂ ਦਿਲੀ ਤੌਰ ਸੇ ਮੈਂ ਤਮਾਮ ਮਿੱਤਲ ਖਾਨਦਾਨ ਕੋ ਆਪਕੇ ਗਰੁੱਪ ਕੋ ਮੁਬਾਰਕਬਾਦ ਵੀ ਪੇਸ਼ ਕਰਤਾ ਹੂੰ ਔਰ ਆਪਕਾ ਧੰਨਵਾਦ।